ये मेरी कौम है जिसका के ये मासूम है रहबर अली असगर थक गए हो इस तो वड़ी सत्र तो मैं नहीं पढ़ सकता अगर थक गए हो नियाज हुसैन पांच मिनट में न थके इस कायनात कोई ऐसी कौम नहीं जिंदा छह महीनों का रहबर होवे वो सिर्फ मेरा छह महीनों का अली असगर है जेड़ा इस कौम का रहबर है सवाली बल के आए अताएं लेके जाएंगे अली असगर के झूले से शिफाएं लेके जाएंगे सवाली बन के आए हैं अताएं लेके जाएंगे अली असगर के झूले से शिफाएं लेके जाएंगे जिसे औलाद हो दरकार माने वो अभी मन्नत यहाँ 14 की आमद है ये है शब्बीर की जन्नत यहाँ पर मांगने को गए तेरे सभी नौकर अली असगर जिंदगी होए हैदरी बंदे बहुत सारे रो पे जिंदगी होए सैयद बैठे हो जे ना रोंदे तां ना पढ़दा तुसां रो सकदे हो तुहाडा हक बणदा है मैं एक मिसरा पढ़दा जे तुहाडी अख च हंज ना दी ना पढ़ा मैं यो पियादा अली का खून हो जिन में कहा तीरों से डरते हैं मगर इस घर के तो छे माह के बच्चे जंग करते हैं नहीं था जानता हुर में के जब मैदान में आएगा तो बच्चा तीर खाने के लिए गर्दन उठाएगा इधर गर्दन उठी लुठा 9 लाख का लश्कर अली असगर क्या बात है क्या रूहानियत है यार जिंदगी होवे मैं नौकर इधर गर्द उठी और बोल उठा 9 लाख का लश्कर अली असगर अली असगर अली असगर अली असगर मेरा मौला अली असगर मेरा आका अली असगर अली असगर अली असगर अली असगर मेरा मौला अली असगर मेरा आका अली असगर अली असगर अली असगर अली असगर अली असगर मेरा मौला अली असगर मेरा आका अली असगर तीर लग गए ज्यादा मैं लंबा कोई नहीं पढ़ना मैं ज्यादा लंबा नहीं पढ़ना अली असगर को तीर लग गया है शहजादा रुना नहीं गुजरात वाले 2 मिनट मेरे पास लिखे है अल्लाह की कसम मैं मिसरा पढ़सा अर्श हल वैसी फरिश्ते वैन करे सिर मैं ओ वैन पिया पढ़दा जमाना रोसी तीर लग गए शहजादा रुना नहीं मेरे पास रिका है कतार च खड़न हुरमेल शिमर खोली उमर साद अली असगर पिऊ दियां तलियां ते अली असगर हंस के फरमैनल यजीदी फौज के अफसर बड़ी बातें तू करता यही इस्लाम है तेरा के तू बच्चों से लड़ता है बदले बुला कर तीर मारा ऐ हुरमेल डूब के मर जा तू एक बच्चे से हारा है बड़ा हुरमेल बना फिरता है बोला तीर को खाकर अली असगर जिंदगी होए अजान भी होंदी पई
ਹੋਵਣ ਦਿਓ ਅਜ਼ਾਨ। ਸ਼ਹੀਦਾਂ ਦੇ ਹਿੱਸੇ ਚ ਅਜ਼ਾਨ ਏ ਹੀ ਅਲੀ ਅਸਗਰ ਦੇ ਭਰਾ ਦਾ ਨਾਮ ਪਿਆਂ ਦੇ ਅੱਲਾਹੁ ਅਕਬਰ। ਜ਼ਿੰਦਗੀ ਓਏ ਮੁੱਕ ਗਈ ਅੱਲਾ ਦੀ ਅਜ਼ਾਨ ਵੰਜੋ ਜੈ ਜੈ ਨਮਾਜ਼ ਪੜ੍ਹਨੀ ਏ ਪੜ੍ਹੋ। ਕੋਈ ਨਹੀਂ ਜਾ ਸਕਦੇ ਹੋ ਨਮਾਜ਼ ਪੜ੍ਹਨ। ਨਮਾਜ਼ ਮਕਸਦ ਹੁਸੈਨ ਏ, ਨਮਾਜ਼ ਮਕਸਦ ਬੀਬੀ ਜ਼ੈਨਬ ਏ। ਹਰ ਬੰਦੇ ਕੋਈ ਇਜਾਜ਼ਤ ਏ ਉੱਠ ਕੇ ਨਮਾਜ਼ ਪੜ੍ਹ ਛੋੜੇ। ਜਿਹੜੀ ਨਮਾਜ਼ ਮੈਂ ਪਿਆ ਪੜ੍ਹਦਾ ਇਹ ਵੀ ਪੜ੍ਹੀਂਦੀ ਰਾਸੀ, ਜਿਹਦਾ ਦਿਲ ਮੰਗੇ ਉਹ ਵੰਜ ਕੇ ਅੱਲਾ ਦੀ ਨਮਾਜ਼ ਜ਼ਰੂਰ ਪੜ੍ਹੇ। ਬੇਸ਼ੱਕ ਮੇਰੇ ਪਾਸ ਗਾਏ ਮੈਂ ਹੀ ਵੇਲੇ ਤੇ ਇੱਕ ਸ਼ੇਰ ਪੜ੍ਹਦਾ, ਹੋ ਸਕਦਾ ਇੱਥੇ ਹੀ ਮਿੰਬਰ ਛੋੜ ਦੇਵਾਂ। ਮਾਵਾਂ ਕੁ ਦੁੱਧ ਪੀਂਦੇ ਬਾਲ ਬਹੁ ਪਿਆਰੇ ਹੁੰਦੇ, ਇਹੋ ਵੇਲਾ ਹੀ ਬੀਬੀ ਰੁਬਾਬ ਖਾਲੀ ਉਹ ਖੜੀਏ ਮੇਰੀ ਸੈਣ ਮਕਤਲ ਵਾਲੇ ਪਾਸੇ ਡਿੱਠੇ। ਬੀਬੀ ਇੱਕ ਵੈਣ ਕੀਤਾ ਬੀਬੀ ਆਦੀਏ, ਤੇਰੀ ਲੋਰੀ ਤੇਰੀ ਬਾਤੇ ਕਭੀ ਨਾ ਭੁੱਲ ਪਾਉਂ, ਬਿਨਾ ਤੇਰੇ ਅਲੀ ਅਸਗਰ ਮੈਂ ਕੈਸੇ ਜਾਮ ਜਾਗੇ। ਸ਼ਲਕ ਨਹੀਂ ਨਾ ਰੋਵੋ ਬੀਬੀ ਆਦੀਏ, ਤੇਰੀ ਲੋਰੀ ਤੇਰੀ ਬਾਤੇ ਕਭੀ ਨਾ ਭੁੱਲ ਪਾਉਂ। ਇੱਕ ਮਿੰਟ ਬਹਿ ਵੰਜੋ, ਮੇਰੀ ਸੈਣ ਮੇਰੀ ਮਦਦ ਫਰਮਾਵੇ। ਬੀਬੀ ਰੁਬਾਬ ਤੇਰੇ ਪੁੱਤਰ ਦਾ ਇੱਕ ਵੈਣ ਪੜਦਾ, ਮੈਂ ਪਿਆ ਦਾ ਹਰ ਮਜ਼ਹਬ ਦਾ ਕਾਨੂੰਨ ਹੁੰਦਾ ਏ, ਉਹ ਦੇਂਦੇ ਜੁਰਮ ਨੂੰ ਵੇਖ ਸਜ਼ਾਏ। ਉਹ ਸਿਓ ਮਦੀਨੇ ਆਲਿਓ ਪਰ ਮੁਸਲਮਾਨਾ ਵਿੱਚ ਕਰਬਲ ਦੇ ਉਹ ਕਾਨੂੰਨ ਦਿੱਤੇ ਬਦਲਾਏ, ਉਹ ਕਿਵੇਂ ਕੁੱਟਾ ਕਤਲ ਸਗੀਰ ਕੂਤਰੇ ਵਾਰੀ ਉਹਦੀ ਮਾਤੇ ਬੇੜ ਗਵਾਏ, ਉਹ ਕਿਵੇਂ ਪਹਿਲੇ ਤੀਰ ਮਾਰਿਆ। ਅੱਛਾ ਕੋਸ਼ਿਸ਼ ਕਰੇ ਨਾ, ਵਲ ਕਬਾਰ ਖੱਟੀ ਕੀਤਾ ਖੰਜਰ ਦੇ ਨਾਲ। ਮੈਂ ਨਹੀਂ ਜ਼ਿਆਦਾ ਲੰਬਾ ਪੜਦਾ, ਮੇਰੇ ਪਾਸ ਰਿਖ ਹੈ, ਇੱਕ ਬੰਦ ਹੋਰ। ਸੈਣ ਮੇਰੀ ਮਦਦ ਕਰੇ ਸੀ ਅਲੀ ਇਮਰਾਨ ਭਾਈ, ਬੰਦ ਸੁਣਿਆ ਬੜਾ ਮਸ਼ਹੂਰ ਬੰਦ ਏ, ਮਸਤੂਰਾਂ ਦਾ ਗਿਰੀ ਹੱਥੀ ਸੀ। ਕਿਉਂ ਉਹ ਕਿਵੇਂ, ਮੈਂ ਪਿਆ ਪੜਦਾ ਹਾਈ ਕਾਤਿਲ ਛਤਰੀ ਸਾਲਾਂ ਦਾ ਤੇ ਮਕਤੂਲ ਫਕਤ ਛੇ ਮਾਹ ਦਾ, ਉਹ ਕੋਈ ਹੋਰ ਮਿਲਵੇ ਜੀਆਂ ਆਇਓ ਤੀਰ ਚਲਾਇਆ, ਉਹ ਦਿਲ ਹਲ ਗਿਆ ਹਰ ਮਾਂ ਦਾ, ਉਹ ਗੁਜਰਾਤ ਵਾਲੇ ਉਹ ਜਨਾ ਤੀਰ ਲਗਾਏ ਅਲੀ ਅਸਗਰ ਕੋ ਤੇ ਆਵਾਜ਼ ਆਇਆ ਏ ਜ਼ਹਰਾ ਦਾ, ਬੀਬੀਆਂ ਦੀ ਏ ਇੱਕੋ ਕਿਹੜੇ ਜੁਰਮੇ ਚ ਮਾਰਿਆ ਹੈ, ਓਏ ਤਾਂ ਕਈ ਕੂ ਕੁਝ ਨਹੀਂ। ਹਾਏ ਮੁੱਕ ਗਈ ਮੇਰੀ ਮਜਲਿਸ, ਇਹੋ ਵੇਲਾ ਹੀ ਵੇਲੇ ਦਾ ਇੱਕ ਡੇਢ ਬੰਦ ਪੜਸਾਂ। ਮੇਰੀਆਂ ਮਾਵਾਂ ਬੇਣੀ ਅਲੀ ਅਸਗਰ ਦੀ ਹੁਸੈਨ ਬਣਾਈ ਆਈ ਛੋਟੀ ਜਿਹੀ ਕਬਰ, ਸ਼ਾਹਜੀ ਜਿਹਨਾਂ ਲੋਕਾਂ ਮੇਰੇ ਵਾਲਿਦ ਸਾਹਿਬ ਕੋ ਸੁਣੇ, ਮੈਂ ਉਹਨਾਂ ਕੋ ਆਖਸਾਂ ਜ਼ਰਾ ਸੁਣਾਏ। ਮੇਰੇ ਵਾਲਿਦ ਸਾਹਿਬ ਬੰਦ ਪੜਦੇ ਹੁੰਦੇ ਹਨ, ਕਾਜ਼ੀ ਸਾਹਿਬ
ਉਹਨਾਂ ਦੇ ਉਸਤਾਦ ਭੱਟੀ ਸਾਹਿਬ ਪੜ੍ਹਦੇ ਹੁੰਦੇ ਹਨ, ਲਾਸ਼ਾਂ ਹਨ 72, ਸਰ ਸਾਂਗਾਂ ਤੇ ਸਵਾਰ ਹੋਏ ਨੇ 71, ਅਲੀ ਅਸਗਰ ਦਾ ਸਿਰ ਨਹੀਂ ਆਇਆ, ਹੁਸੈਨ ਕਬਰ ਬਣਾ ਕੇ ਨਿਸ਼ਾਨ ਮਿਟ ਗਿਆ, ਇੱਕ ਕਮੀਨਾ ਖੜਾ ਦੇਖ ਕੇ ਅਦੇ ਕਬਰ ਨਹੀਂ ਲੱਭਦੀ, ਤੁਹਾਡਾ ਕੋਈ ਪੱਥਰ ਦਾ ਜਿਗਰ ਹੈ, ਤੁਸਾਂ ਸੈਯਦ ਨਹੀਂ ਵੇ ਵੀ ਇਹ ਕਮੀਨਾ ਅਦੇ ਮੈਂ ਤਜਵੀਜ਼ ਦੱਸੇ ਨਾ, ਇੱਕ ਦਸਤਾ ਫੌਜ ਦਾ ਤਿਆਰ ਕਰੋ, ਜਿਨ੍ਹਾਂ ਦੇ ਹੱਥੇ ਚੰਨੇ ਦੇ ਹੋਵੇ ਉਹ ਸ਼ੀਆ ਸੁਨੀ ਦਾ ਮਜਮਾ, ਆ ਦਿਨ ਜ਼ਮੀਨ ਚ ਮਾਰੋ ਜਿੱਥ ਲੈ ਵਜੇ ਸਮਝ ਲਵਾਏ ਅਸਗਰ ਦੀ ਕਬਰੀ ਆਏ, ਉਹ ਗੁਜਰਾਤ ਤਾਲਿਓ ਬਜ਼ੁਰਗ ਪੜਦੇ ਆਏ ਮੁਸਲਮਾਨਾਂ ਨੇ ਜੇ ਚਾਏ ਅਲੀ ਦੀਆਂ ਧੀਆਂ ਸਰ ਤੇ ਕੁਰਾਨ ਚਾਏ, ਬਜ਼ੁਰਗ ਪੜਦੇ ਆਏ ਪੋਲੀ ਪੋਲੀ ਉਹ ਜ਼ਮੀਨ ਦੇ ਵਿੱਚ, ਉਹ ਜਨਾਯਣ ਕੇ ਨੇ ਦੇ ਲੱਥੇ ਉਹ ਆਦਰ ਰਾਵੀ ਆਓ ਬੀਬੀਆਂ ਦੇ ਉਹ ਲੱਗੇ ਨਾਲ ਕਨਾਤ ਦੇ ਮੱਥੇ, ਵਜ੍ਹਾ ਕਿਹੜੀ ਆਈ ਹੈ ਕਨੇ ਜਾ ਲੱਗਾ ਏ ਦਿਲ ਅਸਗਰ ਵਿੱਚ, ਉਹ ਬੇਵਸ ਗੁਰਲਾਤ ਨਿਖੱਤੇ ਉਹ ਮਾਰਾ ਜਲ ਬਹਰੇਨ ਹੋ ਗਈ ਹੈ ਮੇਰੇ ਹਿੱਸੇ ਦੀ ਮਜਲਿਸ, ਇੱਕ ਕਮੀਨੇ ਨੇਜ਼ਾ ਮਾਰਿਆ ਹੈ ਨੇਜ਼ਾ ਛਿੱਕਿਆ ਹੈ ਅਸਗਰ ਦਾ ਜਿਗਰ ਨਾਲ ਆਇਆ ਹੈ, ਆਦੇ ਟੋਰਾਓ ਹੁਸੈਨ ਦੇ ਪੁੱਤਰ ਦੀ ਕਬਰ ਮਿਲ ਗਈ ਹੈ, ਗੁਜਰਾਤ ਵਾਲੇ ਰੋਂਦੇ ਰੋਂਦੇ ਮਰਨ ਵੇ ਸੋ, ਇੱਕ ਕਮੀਨਾ ਦੇ ਵਕਤ ਥੋੜਾ ਹੈ ਜਲਦੀ ਕਰੋ ਸਰ ਜੁਦਾ ਕਰੋ, ਇਹ ਕਮੀਨਾ ਉੱਠਿਆ ਏ ਉਹਨੇ ਕਾਤੇ ਚ ਕਈ ਸ਼ੈ ਚਾਈਏ, ਅੱਲਾ ਜਾਣੇ ਨੂੰ ਜਾਤ ਕਿੱਥਾ ਪਾਇਸ ਮਾਡੇ ਦੀ ਖੜੀ ਆਈ ਬੀਬੀਆਂ ਦੀ ਜ਼ੈਨਬ ਟੋਰਾ ਕਲਸੂਮ ਟੋਰਾ ਆਤਮ ਕਰਕੇ ਆਦੀ ਏ ਪੀਆ ਦੂਜੀ ਵਾਰੀ ਆਇਓ ਵੱਲ ਕੁਸਦਾ ਏ ਉਹ ਜ਼ਹਰਾ ਦੇ ਬਾਗ ਦਾ ਗੋਲੇ ਬੀਬੀਆਂ ਦੀ ਏ ਮੈਡਾ ਪੀਂਘਾ ਕਰ ਘੜੀ ਚਾਹੀਦੀ।